ਦੇਖੋ, ਮੈਂ ਕਾਂਗਰਸ ਪਾਰਟੀ ਦੇ ਵਿੱਚ ਦੂਸਰੀ ਪੀੜ੍ਹੀ ਹੈ ਸਾਡੀ, ਬਲਕਿ ਤੀਸਰੀ ਕਿ ਚੌਥੀ ਪੀੜ੍ਹੀ ਵੀ ਹੁਣ ਸ਼ੁਰੂ ਹੋ ਗਈ ਹੈ। ਅਸੀਂ ਕਾਂਗਰਸ ਪਾਰਟੀ ਦੀ ਬੜੀ ਸੇਵਾ ਕੀਤੀ ਹੈ। ਕਾਂਗਰਸ ਪਾਰਟੀ ਦੇ ਲਈ ਮੇਰੇ ਪਿਤਾ ਜੀ ਨੇ ਕੁਰਬਾਨੀਆਂ ਦਿੱਤੀਆਂ। ਮੇਰੇ ਫਾਦਰ ਜਿਹੜੇ ਆ ਉਹ ਜਦੋਂ ਪੰਜਾਬ ਚੱਤਵਾ ਸੀਗੇ ਉਦੋਂ ਸ਼ਹੀਦ ਹੋਏ ਆ। ਤੋ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਬੇਇਨਸਾਫੀ ਹੋਵੇ, ਉਹਨਾਂ ਨੂੰ ਬਣਦਾ ਹੋਇਆ ਮਾਨ ਸਨਮਾਨ ਨਾ ਮਿਲੇ, ਤੇ ਫਿਰ ਮਨ ਦੇ ਵਿੱਚ ਦੁੱਖ ਹੁੰਦਾ ਹੈ। ਤੇ ਔਰ ਪਾਰਟੀ ਨੇ, ਅਸੀਂ ਪਾਰਟੀ ਆਪ ਨਹੀਂ ਛੱਡੀ, ਪਾਰਟੀ ਨੇ ਸਾਨੂੰ ਕੱਢਿਆ, ਇੱਕ ਕਿਸਮ ਦਾ ਧੱਕੇ ਮਾਰੇ ਨੇ, ਧੱਕੇ ਮਾਰ ਕੇ ਮੈਨੂੰ ਸਾਨੂੰ ਸਾਡੇ ਪਰਿਵਾਰ ਨੂੰ ਦਰਕਿਨਾਰ ਕੀਤਾ। ਹੁਣ ਜਿਹੜੇ 22 ਦੇ ਵਿੱਚ ਚੋਣਾਂ ਹੋਈਆਂ ਸੀ, ਜਿਸ ਤਰੀਕੇ ਦੇ ਨਾਲ ਪਾਰਟੀ ਨੇ ਮੇਰੇ ਨਾਲ ਬਿਹੇਵ ਕੀਤਾ, ਉਹ 2 ਸਾਲ ਤੋਂ ਮੇਰੇ ਮਨ ਦੇ ਵਿੱਚ ਬਹੁਤ ਵੱਡੀ ਠੇਸ ਲੱਗੀ ਸੀ ਉਸ ਗੱਲ ਦੀ। ਅੱਜ ਮੈਂ ਸਮਝਦਾ ਕਿ ਉਹ ਸਮਾਂ ਆ, ਅੱਜ ਪਾਰਟੀ ਨੂੰ ਦੱਸਣਾ ਚਾਹੀਦਾ ਵੀ ਤੁਸੀਂ 2 ਸਾਲ ਦੇ ਵਿੱਚ ਆਪਣੀ ਕੋਈ ਗਲਤੀ ਨੂੰ ਸੁਧਾਰਨ ਦੀ ਯਤਨ ਨਹੀਂ ਕੀਤਾ, ਇਸ ਕਰਕੇ ਤੁਸੀਂ ਹੁਣ ਵੀ ਸੁਧਰ ਜਾਓ, ਨਹੀਂ ਤਾਂ ਤੁਹਾਡੇ ਲੋਕ ਜਿਹੜੇ ਹੈਗੇ ਆ ਉਹ ਤੁਹਾਨੂੰ ਸਮਰਥਨ ਨਹੀਂ ਦੇਣਗੇ। ਸਰ, ਬਾਈ ਇਲੈਕਸ਼ਨ ਟਾਈਮ ਮੈਂ ਦੇਖਿਆ ਸੀ, ਉਦੋਂ ਵੀ ਨਰਾਜ਼ਗੀ ਸੀਗੀ, ਕਈ ਵੱਡੇ ਲੀਡਰ ਵੀ ਇੱਥੇ ਪਹੁੰਚੇ ਸੀਗੇ, ਲੇਕਿਨ ਹੁਣ ਕੀ ਇਸ ਵਾਰੀ ਕੋਈ ਤੁਹਾਨੂੰ ਕੋਈ ਫੋਨ ਜਾਂ ਕਿਸੇ ਨਾਲ ਗੱਲਬਾਤ ਕਰਨ ਹੋਈ? ਦੇਖੋ, ਲੀਡਰ ਆਉਂਦੇ ਨੇ, ਫੋਨ ਕਰਦੇ ਨੇ, ਲੇਕਿਨ ਹਲੇ ਤੱਕ ਪਰਸਨਲੀ ਕੋਈ ਲੀਡਰ ਨਹੀਂ ਆਇਆ। ਜੇ ਆਵੇਗਾ ਵੀ ਹੁਣ ਸਮਾਂ ਨਿਕਲ ਚੁੱਕਾ। ਤੇ ਅੱਜ ਜੇ ਬਾਦਲ ਸਾਹਿਬ ਹੁਣੇ ਤੁਹਾਨੂੰ ਟਿਕਟ ਦਿੰਦੇ ਤਾਂ ਤੁਸੀਂ ਚੋਣ ਲੜੋ? ਉਹ ਪਾਰਟੀ ਨੇ ਫੈਸਲਾ ਕਰਨਾ। ਦੇਖੋ, ਹਰ ਰਾਜਨੀਤਿਕ ਪਾਰਟੀ ਦੀ ਆਪਣੀ ਪ੍ਰਕਿਰਿਆ ਹੁੰਦੀ ਹੈ, ਚੋਣ ਪ੍ਰਕਿਰਿਆ ਨੂੰ ਆਉਂਦੀ ਕਮੇਟੀ ਹੁੰਦੀ ਹੈ, ਉਹਨਾਂ ਦੀ ਕੋਰ ਕਮੇਟੀ ਹੁੰਦੀ ਆ, ਉਹ ਫੈਸਲਾ ਜਿਹੜਾ ਹੈ ਉਹ ਕਰਨਗੇ। ਜੇ ਉਹ ਟਿਕਟ ਮੈਨੂੰ ਦੇਣਗੇ ਲੜਾਉਣਗੇ ਤਾਂ ਮੈਂ ਜ਼ਰੂਰ ਲੜੂੰਗਾ। ਕਿਤੇ ਨਾ ਕਿਤੇ ਚੰਨੀ ਸਾਹਿਬ ਉਹਨਾਂ ਦੇ ਰਿਸ਼ਤੇਦਾਰੀ ਵੀ ਹੈ, ਤਾਂ ਕਿੱਦਾਂ ਰਹੂਗਾ? ਦੇਖੋ, ਰਿਸ਼ਤੇਦਾਰੀ ਹਮੇਸ਼ਾ ਰਿਸ਼ਤੇਦਾਰੀ ਰਹਿੰਦੀ ਆ। ਰਿਸ਼ਤੇਦਾਰੀ ਦੀ ਰਾਜਨੀਤਿਕ ਵਿਚਾਰਧਾਰਾ ਜਿਹੜੀ ਆ ਉਹ ਡਿਫਰੈਂਟ ਹੁੰਦੀ ਆ, ਰਿਸ਼ਤੇਦਾਰੀ ਜਿਹੜੀ ਆ ਡਿਫਰੈਂਟ ਹੁੰਦੀ ਆ। ਭਾਵੇਂ ਸਾਡੀ ਰਾਜਨੀਤਿਕ ਵਿਚਾਰਧਾਰਾ ਇੱਕੋ ਸੀ, ਕਾਂਗਰਸ ਪਾਰਟੀ ਦੇ ਵਿੱਚ ਅਸੀਂ ਰਹੇ ਹਾਂ, ਲੇਕਿਨ ਜਿਸ ਤਰੀਕੇ ਦੇ ਨਾਲ ਮੇਰੇ ਨਾਲ, ਮੇਰੇ ਪਰਿਵਾਰ ਦੇ ਨਾਲ ਬਿਹੇਵ ਕੀਤਾ ਗਿਆ ਪਾਰਟੀ ਵੱਲੋਂ, ਉਹਦਾ ਸਾਨੂੰ ਬੜਾ ਦੁੱਖ ਆ। ਔਰ ਪਾਰਟੀ ਨੇ ਸਾਡੇ ਲਈ ਦਰਵਾਜ਼ੇ ਬੰਦ ਕੀਤੇ ਰੱਖੇ, ਇਸ ਕਰਕੇ ਹੁਣ ਅਸੀਂ ਆਪਣੇ, ਕਿਉਂਕਿ ਤੁਸੀਂ ਇਹਨੇ ਬਾਈ ਇਲੈਕਸ਼ਨ ਦੀ ਜਦੋਂ ਗੱਲ ਕਰ ਰਹੇ ਹਾਂ ਕਿ ਬਾਈ ਇਲੈਕਸ਼ਨ, ਕਿਉਂਕਿ ਬਾਈ ਇਲੈਕਸ਼ਨ ਸਮਾਂ ਨਹੀਂ ਸੀ, ਜਨਰਲ ਇਲੈਕਸ਼ਨ 'ਚ ਹਮੇਸ਼ਾ ਕੋਈ ਡਿਸੀਜਨ ਲੈਣ ਦਾ ਸਮਾਂ ਹੁੰਦਾ। ਮੈਂ ਉਦੋਂ ਵੀ ਕਿਹਾ ਸੀਗਾ ਜਦੋਂ ਜਨਰਲ ਇਲੈਕਸ਼ਨ ਆਏਗਾ ਉਦੋਂ ਯੋਗ ਅਸੀਂ ਡਿਸੀਜਨ ਲਵਾਂਗੇ, ਅੱਜ ਲੈ ਲਿਆ।